ਲਓ ਜੀ ਆ ਕੁੜੀ ਮੁੰਡੇ ਦੀ ਵੀਡੀਓ ਹੋ ਗਈ ਵਾਇਰਲ, ਵੀਡੀਓ ਹੋ ਗਈ ਵਾਇਰਲ। ਸੋਸ਼ਲ ਮੀਡੀਆ ਤੇ ਆ ਕੁੜੀ ਮੁੰਡੇ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਲੋਕ ਇਹਨਾਂ ਨੂੰ ਗਲਤ ਕਹਿ ਰਹੇ ਨੇ। ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਫੇਮ ਦਿੱਤਾ ਹੈ, ਉਹ ਭਾਵੇਂ ਚੰਗੇ ਰੂਪ 'ਚ ਹੋਵੇ ਚਾਹੇ ਮਾੜੇ ਰੂਪ ਵਿੱਚ ਹੋਵੇ। ਜੀ ਹਾਂ, ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਬਦਨਾਮ ਵੀ ਹੋਏ ਆ। ਆ ਵੀਡੀਓ ਹੁਣ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਲੋਕ ਤਰ੍ਹਾਂ ਤਰ੍ਹਾਂ ਦੀ ਕੈਪਸ਼ਨ ਲਿਖ ਕੇ ਇਸ ਨੂੰ ਵਾਇਰਲ ਕਰ ਰਹੇ ਨੇ ਤੇ ਕਹਿ ਰਹੇ ਨੇ ਵੀ ਆ ਦੇਖੋ, ਆ ਉਮਰ 'ਚ ਸਾਨੂੰ ਪਿਆਰ ਮੁਹੱਬਤ ਦਾ ਕੁਝ ਪਤਾ ਹੀ ਨਹੀਂ ਤੇ ਆ ਦੇਖੋ ਕਿਵੇਂ ਨਜ਼ਾਰੇ ਲੈ ਰਹੇ ਆ। ਤੇ ਲੋਕ ਵੀ ਕਮੈਂਟਾਂ 'ਚ ਪੂਰਾ ਸਵਾਦ ਲੈ ਰਹੇ ਆ। ਕੋਈ ਕਹਿ ਰਿਹਾ ਹੈ, ਇਸ ਉਮਰ ਵਿੱਚ ਸਾਡੇ ਨੱਕ ਦੀ ਨਲੀ ਨਹੀਂ ਸੰਭਾਲਦੀ ਸੀ। ਉਸ ਤੋਂ ਅਗਲਾ ਕਮੈਂਟ ਹੈ, ਇਸ ਉਮਰੇ ਸਾਨੂੰ ਡੰਗਰ ਚਾਰਨ ਭੇਜ ਦਿੰਦੇ ਸੀ ਘਰ ਵਾਲੇ। ਉਸ ਤੋਂ ਅਗਲਾ ਕਮੈਂਟ ਹੈ, ਅਸੀਂ ਨਾ ਅਰਦਾਸਾਂ ਕਰਦੇ ਹੁੰਦੇ ਸੀ ਤੇ ਰੱਬਾ ਕੱਲ ਸਕੂਲ ਵੇਲੇ ਸਵੇਰੇ ਮੀਂਹ ਪੈ ਜਾਵੇ। ਉਸ ਤੋਂ ਅਗਲਾ ਕਮੈਂਟ ਹੈ, ਮੈਂ ਤਾਂ ਇਸ ਉਮਰ 'ਚ ਮੁੰਡਿਆਂ ਤੋਂ ਨਫ਼ਰਤ ਜੀ ਕਰਦੀ ਹੁੰਦੀ ਸੀ। ਸੋ ਯਾਰੋ, ਸਾਰੇ ਲੋਕਾਂ ਨੂੰ ਲੱਗਦਾ ਪਿਆ ਹੈ ਕਿ ਇਹ ਬੁਆਏਫ੍ਰੈਂਡ ਤੇ ਗਰਲਫ੍ਰੈਂਡ ਹੈ, ਪਰ ਨਹੀਂ ਯਾਰੋ, ਇਹ ਦੋਵੇਂ ਭੈਣ ਭਰਾ ਵਾ। ਦੋਵੇਂ ਭੈਣ ਭਰਾਵਾਂ ਨੇ ਆਪਣੀ ਇੱਕ ਵੀਡੀਓ ਪੋਸਟ ਕੀ ਕਰ ਦਿੱਤੀ, ਆ ਪੇਜਾਂ ਵਾਲਿਆਂ ਨੇ ਆਪਣੇ ਪੇਜ ਚਲਾਉਣ ਵਾਸਤੇ ਇਹਨਾਂ ਨੂੰ ਇਹ ਕਹਿ ਕੇ ਵਾਇਰਲ ਕਰ ਦਿੱਤਾ ਕਿ ਇਹ ਬੁਆਏਫ੍ਰੈਂਡ ਤੇ ਗਰਲਫ੍ਰੈਂਡ ਹੈ, ਪਰ ਨਹੀਂ ਯਾਰੋ, ਇਹ ਦੋਨੋਂ ਹੀ ਭੈਣ ਭਰਾ ਵਾ। ਸੋ ਸਾਨੂੰ ਕਦੇ ਵੀ ਕਿਸੇ ਨੂੰ ਇਵੇਂ ਗਲਤ ਨਹੀਂ ਕਹਿਣਾ ਚਾਹੀਦਾ, ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਜੋ ਦਿਖਣ 'ਚ ਕੁਝ ਹੋਰ ਹੁੰਦੀਆਂ ਨੇ, ਪਰ ਉਹਨਾਂ ਦੀ ਸੱਚਾਈ ਕੁਝ ਹੋਰ ਹੁੰਦੀ ਏ। ਸੋ ਇਸੇ ਕਰਕੇ ਆਪਾਂ ਪਹਿਲਾਂ ਕਿਹਾ ਵੀ ਆ, ਸੋਸ਼ਲ ਮੀਡੀਆ ਲੋਕਾਂ ਨੂੰ ਫੇਮ ਤਾਂ ਦਵਾ ਦਿੰਦਾ ਹੈ, ਪਰ ਉਹ ਪਤਾ ਨਹੀਂ ਫੇਮ ਚੰਗੇ ਰੂਪ 'ਚ ਹੋਵੇ ਜਾਂ ਫਿਰ ਮਾੜੇ ਰੂਪ 'ਚ ਹੋਵੇ। ਸੋ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜ਼ਰੂਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਬੰਦੇ ਨੂੰ ਇਸ ਵਾਇਰਲ ਹੋ ਰਹੀ ਵੀਡੀਓ ਦਾ ਸੱਚ ਪਤਾ ਲੱਗ ਸਕੇ। ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।